ਸਭ ਜਾਣਦੇ ਨੇ ਕਿ ਗੈਰੀ ਸੰਧੂ ਤੇ ਸ਼ੈਰੀ ਮਾਨ ਦਾ ਮਸਲਾ ਹਲੇ ਠੰਡਾ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਤੇ ਦੋਵੇਂ ਹੀ ਸਿੰਗਰ ਇੱਕ ਤੋਂ ਬਾਅਦ ਇੱਕ ਜ਼ਬਰਦਸਤ ਰਿਪਲਾਈ ਇੱਕ ਦੂਸਰੇ ਨੂੰ ਕਰਦੇ ਹੋਏ ਦਿਖਾਈ ਵੀ ਦੇ ਰਹੇ ਨੇ ਤੁਹਾਨੂੰ ਦੱਸ ਦੇ ਕਿ ਸ਼ਰੀਮਾਨ ਨੇ ਬੀਤੀ ਦਿਨੀ ਆਪਣੇ ਆਫੀਸ਼ੀਅਲ ਹੈਂਡਲ ਤੋਂ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ 'ਚ ਸ਼ਰੀਮਾਨ ਨੇ ਗੈਰੀ ਸੰਧੂ ਤੇ ਜੈਸਮਿਨ ਸੈਂਡਲਸ ਦੇ ਪੁਰਾਣੇ ਰਿਸ਼ਤੇ ਦਾ ਮਜ਼ਾਕ ਉਡਾਇਆ ਸੀ ਤੇ ਇਸ ਦੇ ਨਾਲ ਹੀ ਲਿਖਿਆ ਸੀ ਕਿ ਆਸ ਦੇ ਪਿਆਰ ਦੀ ਡੈਫੀਨੇਸ਼ਨ ਜਿਸ ਤੋਂ ਬਾਅਦ ਗੈਰੀ ਸੰਧੂ ਨੇ ਵੀ ਠੋਕਵਾ ਜਵਾਬ ਦੇਣ 'ਚ ਕੋਈ ਕਸਰ ਨਹੀਂ ਛੱਡੀ ਤੇ ਗੈਰੀ ਸੰਧੂ ਨੇ ਵੀ ਸ਼ਰੀਮਾਨ ਨਾਲ ਇੱਕ ਤਸਵੀਰ ਸਾਂਝੀ ਕਰ ਲਿਖਿਆ ਵਿਦਮਈ ਗੇ ਫਰੈਂਡ ਹੂ ਜਸਟ ਵਾਂਟ ਟੂ ਫੇਮਸ ਅਗੇਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇੱਕ ਟਾਈਮ ਹੁੰਦਾ ਹੈ ਸਭ ਦਾ ਜੋ ਚਲਾ ਗਿਆ ਐਕਸੈਪਟ ਕਰੋ ਆ ਗੱਲ ਆਪਾਂ ਜਾਵਾਂਗੇ ਤਾਂ ਹੀ ਨਵੇਂ ਆਉਣਗੇ ਜਿਸ ਤੋਂ ਬਾਅਦ ਸ਼ੈਰੀ ਮਾਨ ਨੇ ਵੀ ਕੁਝ ਹੀ ਟਾਈਮ ਦੇ ਵਿੱਚ ਯਾਨੀ ਕਿ 2 ਘੰਟਿਆਂ ਦੇ ਅੰਦਰ ਹੀ ਗੈਰੀ ਸੰਧੂ ਨੂੰ ਰਿਪਲਾਈ ਕਰ ਲਿਖਿਆ ਕਿ ਟਾਈਮ ਵਾਲੀ ਗੱਲ ਤਾਂ ਤੇਰੀ ਸਹੀ ਹੈ ਮਿੱਤਰਾ ਕਿ ਸਮਾਂ ਕਿਸੇ ਦਾ ਨਹੀਂ ਆ ਨਾ ਤੇਰਾ ਨਾ ਮੇਰਾ ਤੇ ਮੇਰੇ ਨਾਲ ਵੱਧ ਨਮਿਆ ਦੀ ਸਪੋਰਟ ਕਿਸੇ ਨੇ ਵੀ ਨਹੀਂ ਕੀਤੀ ਹੋਣੀ ਇਹ ਗੱਲ ਤਾਂ ਸਾਰੇ ਜਾਣਦੇ ਨੇ ਬਟ ਪਤੰਦਰਾ ਗੇ ਫਰੈਂਡ ਦਾ ਮਤਲਬ ਆਪਾਂ ਦੋਵੇਂਗੇ ਇਸ ਨਾਲ ਹੀ ਉਹਨਾਂ ਨੇ ਵੀ ਸਭ ਨੂੰ ਗੈਰੀ ਨੂੰ ਫੋਲੋ ਕਰਨ ਦੀ ਸਲਾਹ ਦਿੱਤੀ ਰਿਕਵੈਸਟ ਕੀਤੀ ਤੇ ਨਾਲ ਦੀ ਨਾਲ ਕਿਹਾ ਕਿ ਜਾ ਕੇ ਗੈਰੀ ਨੂੰ ਗੇ ਫਰੈਂਡ ਦਾ ਮਤਲਬ ਵੀ ਦੱਸੋ ਗੈਰੀ ਸੰਦੂ ਨੂੰ ਕਿਹਾ ਕਿ ਚੱਲ ਹੁਣ ਵਾਲਾ ਗੁਸਾ ਨਾ ਕਰੀ ਮੇਰੀ ਗਾਲ ਦਾ ਜਿਸ ਤੋਂ ਬਾਅਦ ਹੀ ਗੈਰੀ ਸੰਧੂ ਨੇ ਜੋ ਖੁਲਾਸਾ ਕੀਤਾ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਪਰੇਸ਼ਾਨ ਸੀ ਗੈਰੀ ਸੰਧੂ ਨੇ ਆਪਣੇ ਆਫੀਸ਼ੀਅਲ ਹੈਂਡਲ ਤੇ ਇੱਕ ਬੇਬੀ ਦੀ ਵੀਡੀਓ ਸ਼ੇਅਰ ਕੀਤੀ ਜਿਸ ਦੇ ਨਾਲ ਕੈਪਸ਼ਨ ਲਿਖੀ ਮੇਰਾ ਮੁੰਡਾ ਹਾਂਜੀ ਬਿਲਕੁਲ ਸਹੀ ਮੇਰਾ ਮੁੰਡਾ ਅਵਤਾਰ ਸੰਧੂ ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਹੀ ਸ਼ਰੀਮਾਨ ਦਾ ਰਿਪਲਾਈ ਆਇਆ ਜਿਸ ਦੇ ਉੱਤੇ ਗੈਰੀ ਸੰਧੂ ਨੇ ਕਿਹਾ ਕਿ ਕੱਟ ਪੀਆ ਕਰੋ ਬ్రో